ਮੈਂ ਜੇ ਪਵਨ ਨੂੰ ਸਹਿ ਸੁਭਾਅ ਕਹਿਦਾ ਕੀ ਗੱਲ ਵਿਹਲੀ ਬੈਠੀ ਆ, ਟੇਪ ਰਿਕਾਰਡਰ ਵਾਂਗੂ ਸ਼ੁਰੂ ਹੋ ਜਾਂਦੀ ਆ। ਸਭ ਤੋਂ ਪਹਿਲਾਂ ਉੱਠ ਕੇ ਰਸੋਈ ਦਾ ਕੰਮ ਨਿਬੇੜਿਆ, ਫਿਰ ਜਵਾਕ ਸਾਂਭਿਆ, ਉਹਨੂੰ ਖਿਲਾਇਆ ਪਿਲਾਇਆ, ਉਹਨੂੰ ਨਲਾਇਆ, ਉਹਨੂੰ ਫਿਰ ਸੜਾਇਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ। ਟਾਈਮ ਹੋ ਗਿਆ ਸਵੇਰ ਦੇ 6:30 ਤੇ ਆਪਾਂ ਰਸੋਈ 'ਚ ਆ ਗਏ, ਤੇ ਹੁਣ ਪਹਿਲਾਂ ਸਭ ਤੋਂ ਚਾਹ ਪੀ ਲਈਏ ਥੋੜ੍ਹੀ ਜਿਹੀ, ਫਿਰ ਉਸ ਤੋਂ ਬਾਅਦ ਆਪਾਂ ਆਪਦਾ ਕੰਮ ਸ਼ੁਰੂ ਕਰਦੇ ਹਾਂ। ਪਾਣੀ ਵੀ ਪੀਣਾ ਜ਼ਰੂਰੀ ਹੁੰਦਾ ਸਵੇਰੇ ਸਵੇਰੇ। ਜਦ ਨੂੰ ਮੈਂ ਉੱਠ ਕੇ ਆਉਂਦੀ ਹੁੰਦੀ ਹਾਂ, ਡੈਡੀ ਕੈਨੀ 'ਚ ਦੁੱਧ ਪਵਾ ਲਿਆਉਂਦੇ ਨੇ, ਸੋ ਸਭ ਤੋਂ ਪਹਿਲਾਂ ਆ ਕੇ ਮੈਂ ਅੱਧੇ ਕੁ ਦੁੱਧ ਨੂੰ ਉਬਾਲੀ ਦੇ ਕੇ ਰੱਖ ਲੈਂਦੀ ਹੁੰਦੀ ਹਾਂ ਅਤੇ ਅੱਧੇ ਕੁ ਦੁੱਧ ਨੂੰ ਉੱਦਾਂ ਹੀ ਰੱਖ ਲੈਂਦੀ ਹੁੰਦੀ ਹਾਂ। ਪਹਿਲਾਂ ਆ ਕੇ ਆਪਾਂ ਦੁੱਧ ਦਾ ਕੰਮ ਨਿਬੇੜੀ ਦਾ, ਨਾਲੇ ਜਿਹੜਾ ਰਨਸ਼ੇਰ ਨੇ ਦੁੱਧ ਪੀਣਾ ਹੁੰਦਾ ਵਾ ਉਹ ਬਣਾ ਕੇ ਰੱਖ ਲਈਦਾ, ਫਿਰ ਉਹ ਉੱਠਣ ਸਾਰ ਕਹੂਗਾ ਜੁੱਜੂ ਜੁੱਜੂ। ਹੁਣ ਨਾ ਪਿੰਦਰ ਦਾ ਮੈਂ ਦਹੀਂ ਅਤੇ ਲੱਸੀ ਵਾਲਾ ਲਾਂਬਾ ਵੀ ਲਾ ਹੀ ਦੇਣਾ ਵਾ, ਕਿਉਂਕਿ ਕੱਲ੍ਹ ਮੈਂ ਆ ਛੋਟੀ ਮਧਾਣੀ ਮੰਗਾ ਲਈ, ਹੁਣ ਜਿੰਨਾ ਕੁ ਵੀ ਦਹੀਂ ਹੋਇਆ ਕਰੂਗਾ ਓਨਾ ਕੁ ਰਿੜਕ ਲਿਆ ਕਰਾਂਗੇ, ਨਾਲੇ ਤਾਂ ਲੱਸੀ ਬਣ ਜਿਆ ਕਰੂਗੀ, ਨਾਲੇ ਜਿੰਨੀ ਕੁ ਥੋੜ੍ਹੀ ਜਿਹੀ ਮੱਖਣੀ ਆਇਆ ਕਰੂਗੀ ਉਹ ਬਣ ਜਿਆ ਕਰੂਗੀ। ਸੋ ਦੁੱਧ ਆਪਾਂ ਬਾਲੀ ਦੇਣਾ ਧਰਤਾ ਇੱਧਰ, ਅਤੇ ਹੁਣ ਆਪਾਂ ਨਾਲ ਦੀ ਨਾਲ ਦਹੀਂ ਅਤੇ ਲੱਸੀ ਵਾਲਾ ਕੰਮ ਵੀ ਨਿਬੇੜ ਦੇਣਾ ਵਾ। ਮੈਨੂੰ ਇੱਦਾਂ ਹੁੰਦਾ ਵਾ ਵੀ ਰਨਸ਼ੇਰ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਜਿੰਨਾ ਕੁ ਮੇਰਾ ਕੰਮ ਨਿਬੇੜਿਆ ਜਾ ਸਕੇ ਮੈਂ ਨਿਬੇੜ ਦੇਵਾਂ, ਕਿਉਂਕਿ ਫਿਰ ਤੁਹਾਨੂੰ ਬੱਚੇ ਦਾ ਪਤਾ ਹੀ, ਉੱਠ ਕੇ ਕਦੇ ਆਹ ਕਰਨਾ, ਕਦੇ ਉੱਧਰ ਨੂੰ ਭੱਜ ਗਿਆ, ਕਦੇ ਉੱਧਰ ਨੂੰ ਭੱਜ ਗਿਆ, ਫਿਰ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਉੱਦਾਂ ਤਾਂ ਡੈਡੀ ਕੋਲੇ ਖੇਡਦਾ ਰਹਿੰਦਾ, ਪਰ ਜਦੋਂ ਹੀ ਉਹਨੂੰ ਪਤਾ ਲੱਗ ਜਾਂਦਾ ਵੀ ਮੰਮਾ ਰਸੋਈ 'ਚ ਹੈਗੀ ਆ, ਉਹਨੇ ਇੱਥੇ ਗੇਟ 'ਤੇ ਖੜਾ ਰਹਿਣਾ, ਮੰਮਾ ਮਾਈ ਮੰਮਾ ਚੀਜੀ ਆਈ ਕਰਦਾ ਰਹਿੰਦਾ ਫਿਰ ਉਹ। ਚਲੋ ਬਈ, ਰਨਸ਼ੇਰ ਦਾ ਦੁੱਧ ਤਾਂ ਬਣ ਗਿਆ, ਹੁਣ ਜਦੋਂ ਉੱਠੂਗਾ ਉਹਨੂੰ ਆਪਾਂ ਪਿਲਾ ਦਾਂਗੇ, ਅਤੇ ਜਦ ਨੂੰ ਆਪਾਂ ਮਧਾਣੀ ਲਾ ਦਈਏ। ਵੈਸੇ ਇੱਕ ਗੱਲ ਆ, ਆ ਮਧਾਣੀ ਹੈ ਬਹੁਤ ਕਿਊਟ ਹੈ ਨਿੱਕੀ ਜੀ, ਕੱਲ੍ਹ ਜਿੰਨੀ ਮਲਾਈ ਮੈਂ ਲਾ ਕੇ ਰੱਖੀ ਸੀ ਮਲਾਈ ਤਾਂ ਮੈਂ ਰਗੜਤੀ, ਅਤੇ ਦਹੀਂ ਮੈਂ ਕਿਹਾ ਸਵੇਰੇ ਰਗੜਾਂਗੇ। ਅੱਜ ਦਾਲ ਅਤੇ ਆਲੂ ਵਾਲੇ ਪਰੌਂਠੇ ਬਣਨਗੇ, ਪੁੱਛੋ ਕਿਵੇਂ। ਰਾਤ ਦੀ ਥੋੜ੍ਹੀ ਜਿਹੀ ਦਾਲ ਕੱਚੀ ਪਈ ਸੀ, ਸੋਚਿਆ 4-5 ਆਲੂ ਪਾ ਲੈਂਦੇ ਹਾਂ, ਵਿੱਚ ਹੀ ਆਲੂ ਪਾ ਲਾਂਗੇ, ਪਰੌਂਠੇ ਸਵਾਦ ਬਣ ਜਾਣਗੇ, ਵਿੱਚ ਹੀ ਇੱਕ ਅੱਧਾ ਪਿਆਜ਼ ਪਾ ਲਾਂਗੇ। ਦਾਲ ਵਾਲੀਆਂ ਰੋਜ਼ ਹੀ ਰੋਟੀਆਂ ਖਾ ਕੇ ਬੋਰ ਹੋਏ ਪਏ ਹਾਂ, ਸੋਚਿਆ ਅੱਜ ਕੁਛ ਡਿਫਰੈਂਟ ਜਿਹਾ ਖਾਂਦੇ ਹਾਂ। ਟਾਈਮ 8 ਗਏ, ਰਸੋਈ ਦਾ ਸਾਰਾ ਕੰਮ ਨਿਬੜ ਗਿਆ, ਬਸ ਇੱਕ ਰੋਟੀ ਪਕਾਉਣੀ ਰਹਿ ਗਈ। ਮੈਂ ਕਿਹਾ ਹੁਣ ਮੈਂ ਪਹਿਲਾਂ ਰਨਸ਼ੇਰ ਨੂੰ ਦੇਖ ਆਵਾਂ, ਕਿਉਂਕਿ ਉਹ 8:15 ਉੱਠ ਕਰਦਾ ਵਾ, ਫਿਰ ਉਹਨੂੰ ਥੱਲੇ ਲਿਆਉਂਗੇ, ਉਹ ਖੇਡ ਲਊਗਾ, ਮੈਂ ਰੋਟੀ ਪਕਾ ਲੂੰਗੀ। ਸੁੱਤੇ ਪਏ ਆ ਦੋਨੇ ਜਾਣੇ। ਉੱਠ ਖੜੇ ਜਨਾਬ ਜੀ, ਕਿਨੇ ਨਾ ਜੁੱਜੂ ਫੜਾ। ਅੱਛਾ ਮੇਰੀ ਜਾਨ, ਵਾਹਿਗੁਰੂ ਕੀਤਾ ਸੀ, ਵਾਹਿਗੁਰੂ ਕਰ ਦੋ, ਵਾਹਿਗੁਰੂ। ਸਤਨਾਮ ਬਾਬਾ, ਸਤਨਾਮ ਦੀਦੀ, ਸਤਨਾਮ ਜੀ ਦਾਦੀ, ਕਿੱਥੇ ਦਾਦੀ ਹੈ, ਸ਼ੇਰੀ ਦਾਦੀ ਕਿੱਥੇ ਆ,
ਇਹ ਟਿੱਡਾ ਜਿਹਾ ਇੰਨਾ ਸ਼ੈਤਾਨ ਆ ਨਾ, ਜਾਣ ਜਾਣ ਬਾਲ ਪਾਣੀ ਚ ਸਿੱਟਦਾ ਵੀ ਮੈਨੂੰ ਪਾਣੀ ਚ ਜਾਣ ਦਾ ਮੌਕਾ ਮਿਲੇ। ਆਹ ਬਾਲ ਕੱਪੜੇ ਦੀ ਆ, ਇਹ ਗਿੱਲੀ ਕਰਕੇ ਵੀ ਧਰਤੀ ਬਾਹਰ ਸਿੱਟਦਾ ਬੋਲਣ, ਬਾਹਰ ਸਿੱਟਦਾ ਤੇਰੀ ਬੋਲਣ, ਦੱਸ ਦੇ ਮੈਨੂੰ ਸਿੱਟਦਾ। ਹਾਂ ਅੱਜ ਹੈਗੀ ਆਪਣੀ ਲਗਾਤਾਰ ਪੰਜਵੀਂ ਵੀਡੀਓ। ਇੱਕ ਵਾਰੀ ਫਿਰ ਜੀਰੋ ਤੋਂ ਸਕਰੈਚ ਤੋਂ ਸ਼ੁਰੂ ਕਰਨ ਲੱਗੇ ਹਾਂ। ਮੈਨੂੰ ਪਤਾ ਇਸ ਵਾਰੀ ਮੁਸ਼ਕਲਾਂ ਥੋੜ੍ਹੀਆਂ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਣਗੀਆਂ, ਬਟ ਆਈ ਐਮ ਰੈਡੀ ਫੋਰ ਇਟ। ਵੈਲਕਮ ਬੈਕ। ਗਰਮੀ ਨੂੰ ਮੁੱਖ ਰੱਖਦੇ ਹਾਂ, ਸਵੇਰ ਦੀ ਚਾਹ ਦੀ ਜਗ੍ਹਾ ਲੱਸੀ ਨਾਲ ਹੀ ਮੱਖੀ। ਚੱਲ ਸ਼ਰੇ, ਵੈਰੀ ਗੁੱਡ। ਆਹ ਪਕੌੜੀਆਂ ਵਾਲੀ ਆਦਤ ਵੀ ਇਹਨੂੰ ਮੰਮੀ ਨੇ ਪਾਈ ਹੋਈ ਹੈ। ਮੰਮੀ ਤਾਂ ਪਰ ਬਹਿ ਕੇ ਖਵਾਉਂਦੇ ਰਹਿੰਦੇ ਸੀਗੇ, ਹੁਣ ਇਹਨੂੰ ਅਸੀਂ ਆਪ ਫੜਾ ਦਿੰਦੇ ਹਾਂ। ਇਹ ਡੋਲ ਲੈਂਦਾ, ਮੈਨੂੰ ਦੇ ਦੇ ਮੈਨੂੰ ਦੇ ਮੈਨੂੰ ਟਾਈਮ ਪੌਣੇ ਨਾ ਹੋ ਗਏ, ਡੈਡੀ ਗੁਰੂ ਘਰ ਮੱਥਾ ਟੇਕਣ ਗਏ ਨੇ। ਫਾਈਨਲੀ ਹੁਣ ਮੈਂ ਰੋਟੀ ਪਕਾਉਣ ਲੱਗੀ ਹਾਂ ਤੇ ਰਣਸ਼ੇਰ ਨੂੰ ਬਾਹਰ ਪਿੰਦਰ ਸਾਂਭ ਰਹੇ ਨੇ, ਉਹਨੇ ਘਰ ਪੂਰੇ ਖਲਾਰੇ ਪਾ ਕੇ ਤੇ ਆਪਾਂ ਸਵੇਰਾ ਦੁਪਹਿਰਾ ਇਕੱਠਾ ਹੀ ਪਕਾ ਦੇਣਾ। ਕੀ ਕਰਦਾ ਚੀਜੀ ਦਾ ਲੱਗਦਾ, ਚੀਜੀ ਦਾ ਚਕੁੰਬਰ ਕੱਢਤਾ ਡੈਡੀ ਦੇ ਆਉਂਦੇ ਹੀ ਗੱਡੀ 'ਚ, ਸਿੱਧੇ ਛਾਲ ਗੱਡੀ 'ਚ। ਕੱਲ ਤਾਂ ਦਾਦੂ ਕੋਲ ਜਾਂਦਾ ਨਹੀਂ ਸੀ, ਆ ਜਾ ਹੁਣ, ਆ ਜਾ ਹੁਣ, ਆ ਜਾ ਯਾਰ ਹੁਣ, ਆ ਜਾ ਹੁਣ, ਬੜੀ ਕਰ ਬੜੀ ਕਰ ਬੜੀ 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 ਬੜੀ। ਅੱਜ ਮੌਸਮ ਹਲਕਾ ਹਲਕਾ ਆ, ਬੱਦਲਬਾਈ ਵਾਲਾ ਵਾ, ਬਾਬਾ ਮੀਂਹ ਲਿਆ ਦੇ ਯਾਰ ਸਵਾਦ ਆ ਜੀ। ਹੁਣ ਮੀਂਹ ਬਿਨਾ ਬੜੇ ਔਖੇ ਆ। ਕਰਤੀ ਸਫਾਈ ਹੈ, ਸਾਰੇ ਸਬੂਤ ਖਤਮ ਕਰਤੇ, ਹੁਣ ਲੱਗਦਾ ਹੀ ਨਹੀਂ ਵੀ ਤੇ ਪਕੌੜੀਆਂ ਖਿੜੀਆਂ ਸੀ ਪਹਿਲਾਂ। ਵੈਰੀ ਗੁੱਡ। ਰੋਟੀ ਖਾਣ ਆਇਆ ਸੀ, ਆਪਦਾ ਚਮਚਾ ਵੀ ਨਾਲ ਚੱਕੀ ਫਿਰਦਾ, ਕਰ ਜਾ ਤੂੰ। ਇਸ ਵਾਰੀ ਵੋਟਾਂ ਦਾ ਹਾਲੇ ਤੱਕ ਕੁਛ ਨਹੀਂ ਪਤਾ ਲੱਗ ਰਿਹਾ, ਪਤਾ ਨਹੀਂ ਕਿਹੜੀ ਸਰਕਾਰ ਆਊਗੀ। ਇੱਕ ਗੱਲ ਆਊ, ਵੋਟਾਂ ਤੋਂ ਪਹਿਲਾਂ ਹਰ ਲੀਡਰ ਦੇ ਹੱਥ ਆਏ ਹੁੰਦੇ ਆ ਅਤੇ ਵੋਟਾਂ ਤੋਂ ਬਾਅਦ ਆਏ ਹੋ ਜਾਂਦੇ ਆ, ਵੀ ਕੀ ਚੱਕਰ ਹੁੰਦਾ ਹੈ ਦੱਸਿਓ ਕਮੈਂਟ ਕਰਕੇ। ਮੈਂ ਤੁਹਾਡੇ ਕਮੈਂਟ ਜਾਣਨਾ ਚਾਹੁੰਦਾ ਵਾਂ, ਮੈਂ ਕੱਲ੍ਹ ਨੂੰ ਆਪਦੇ ਕਮੈਂਟ ਦਊਂਗਾ ਹੈ, ਪਹਿਲਾਂ ਤੁਹਾਡੇ ਜਾਣਨਾ ਚਾਹੁੰਦਾ ਵੀ ਤੁਸੀਂ ਕੀ ਕਹਿੰਦੇ ਹੋ। ਵੈਸੇ ਤੁਹਾਨੂੰ ਕੀ ਲੱਗਦਾ ਕਿਹੜੀ ਸਰਕਾਰ ਆਊ ਇਸ ਵਾਰੀ? ਸਰਕਾਰ ਯਾਰ ਜਿਹੜੀ ਮਰਜ਼ੀ ਆਵੇ, ਕੰਮ ਵਧੀਆ ਕਰੇ, ਕੰਮ ਚੰਗੇ ਕਰੇ, ਥੋੜ੍ਹੀ ਅਕਲ ਆਵੇ ਆਪਣੇ। ਤੁਸੀਂ ਦੇਖਿਆ ਹੋਊ ਹੁਣ ਜਿੰਨੀਆਂ ਵੀ ਰੈਲੀਆਂ ਹੋਈਆਂ ਨੇ ਆ ਚੋਣ ਪ੍ਰਚਾਰ ਵੇਲੇ, ਮੁੱਦਿਆਂ ਤੋਂ ਭਟਕ ਕੇ 50% ਲੀਡਰ, ਚਾਹੇ ਪੰਜਾਬ ਦੇ ਲਾ ਲਓ ਚਾਹੇ ਪੰਜਾਬ ਤੋਂ ਬਾਹਰ ਦੇ ਲਾ ਲਓ, ਇੱਕ ਦੂਜੇ ਨੂੰ ਨਿੰਦ ਰਹੇ ਸੀ। ਮਤਲਬ ਲੀਡਰ ਲੀਡਰ ਨੂੰ ਨਿੰਦ ਰਹੇ ਸੀ ਅਤੇ ਆਪਾਂ ਨੂੰ ਉਹ ਗੱਲਾਂ 'ਚ ਬਹੁਤ ਸਵਾਦ ਆਉਂਦਾ, ਤਾਂ ਹੀ ਉਹ ਲੀਡਰ ਉਹ ਗੱਲਾਂ ਵੱਧ ਕਰਦੇ ਆ। ਅੱਜ ਕੱਲ੍ਹ ਅੱਧੀ ਜੰਗ ਤਾਂ ਨਾ ਇਹੀ ਚੱਲਦੀ ਹੈ ਸੋਸ਼ਲ ਮੀਡੀਆ 'ਤੇ, ਉਹ ਫਲਾਣੇ ਨੇ ਉਹਨੂੰ ਐਂ ਕਹਿਤਾ, ਉਹ ਫਲਾਣੇ ਨੇ ਉਹਨੂੰ ਐਂ ਕਹਿਤਾ। ਉਹ ਮੇਨ ਮੁੱਦਿਆਂ 'ਤੇ ਗੱਲ ਕਰੋ,
ਅਨਇੰਪਲੋਇਮੈਂਟ 'ਤੇ ਗੱਲ ਕਰੋ, ਕੁਆਲਿਟੀ ਆਫ ਐਜੂਕੇਸ਼ਨ 'ਤੇ ਗੱਲ ਕਰੋ, ਜਿਹੜੇ ਇੰਨੇ ਪ੍ਰਾਈਸ ਵੱਧਦੇ ਆ ਉਹਦੇ 'ਤੇ ਗੱਲ ਕਰੋ, ਡਿਵੈਲਪਮੈਂਟ ਦੀ ਗੱਲ ਕਰੋ। ਨਹੀਂ, ਉਹ ਫਲਾਨਾ ਲੀਡਰ ਦਾਰੂ ਪੀਂਦਾ, ਉਹ ਫੁਕਰਾ ਇੱਕ ਫੁਕਰਾ। ਦੁਪਹਿਰ ਦੇ 12 ਵੱਜ ਗਏ। ਅੱਜ ਕੱਲ੍ਹ ਮੇਰਾ ਇਹੀ ਮੋਰਨਿੰਗ ਰੂਟੀਨ ਆ, ਸਭ ਤੋਂ ਪਹਿਲਾਂ ਉੱਠ ਕੇ ਮੈਂ ਰਸੋਈ ਦਾ ਕੰਮ ਨਿਬੇੜਿਆ, ਫਿਰ ਅਨਸ਼ੇਰ ਨਾਲ ਖੇਡੇ, ਉਹਨੂੰ ਖਿਲਾਇਆ ਪਿਲਾਇਆ, ਹੁਣ ਉਹਨੂੰ ਨਮਾ ਕੇ ਆਪਾਂ ਸੁਣਾ ਤਾ। ਹੌਲੀ ਹੌਲੀ ਬੱਦਲ ਵੱਧਦਾ ਜਾ ਰਿਹਾ, ਆਜੋ ਜੀ ਆਜੋ, ਤੁਹਾਡੀ ਬਹੁਤ ਲੋੜ ਹੈ, ਆਜੋ ਆਜੋ। ਹੁਣ ਅਸੀਂ ਸੋਚਿਆ ਰਣਸ਼ੇਰ ਦੇ ਸੁੱਤੇ ਪੈ ਪਏ ਇੱਕ ਬਾਹਰ ਨੂੰ ਕੁਰੀਅਰ ਭੇਜਣਾ, ਉਹ ਕਰਿਆ ਆਉਂਦੇ ਹਾਂ, ਅਤੇ ਕੁਛ ਕੁ ਘਰ ਦਾ ਸਮਾਨ ਲੈਣ ਵਾਲਾ ਉਹ ਲੈ ਆਉਂਦੇ ਹਾਂ। ਘੰਟਾ ਕੀ ਆਪਣੇ ਕੋਲ, ਜਦ ਨੂੰ ਨਹੀਂ ਉੱਠ ਖੜਨਾ, ਕਿਉਂਕਿ ਉਹਨੂੰ ਘੰਟਾ ਕੁ ਅੱਧਾ ਘੰਟਾ ਘੰਟਾ ਹੋ ਗਿਆ ਸੁੱਤੇ ਪਏ ਨੂੰ। ਉਹ ਤੂੰ ਕੀ ਨਾਲੇ 'ਚ ਲੱਭਦੀ ਫਿਰਦੀ ਆ, ਤੂੰ ਤਾਂ ਬਚਪਨ ਯਾਦ ਕਰਾਤਾ। ਇਹ ਵੀ ਕਮੈਂਟ ਕਰਕੇ ਦੱਸਿਓ ਕਿਹਨੇ ਕਿਹਨੇ ਆਪਦੇ ਬਚਪਨ 'ਚ ਨਾਲੀ ਚੋਂ ਬਾਲ ਕੱਢੀ ਆ, ਪੂਰਾ ਹੱਥ ਪਾ ਕੇ। ਮੈਂ ਤਾਂ ਕੱਢੀ ਆ ਬਈ, ਮੈਂ ਤੇ ਹਰ ਮਹੀਨੇ ਇੱਥੇ ਖੇਡਦੇ ਹੋਣਾ, ਜਦੋਂ ਹੀ ਬਾਲ ਬਾਹਰ ਆਉਣੀ ਨਾਲੀ, ਬਸ ਨਾਲੀ 'ਚ ਅਸੀਂ ਮੈਂ ਕਹਿੰਦਾ 5 ਸਕਿੰਟ ਵੀ ਰਹਿਣ ਨਹੀਂ ਦਿੰਦੇ ਬਾਲ ਨੂੰ, ਜਾਂ ਤਾਂ ਕੱਢ ਲੈਂਦੀ ਗੁਲਾਮਿਓਂ ਫੜ ਕੇ। ਜਿਹੜੀ ਦਵਾਈ ਆਪਾਂ ਕੋਰੀਅਰ ਕਰਨੀ ਆ, ਪਿੰਦਰ ਲੈਣ ਗਏ ਹੋਏ ਨੇ, ਉਹ ਖੜੇ ਆ ਮੈਡੀਕਲ ਤੇ। ਮੈਡੀਕਲ ਤੇ ਖੜੇ ਬਿੱਲੀਆਂ ਨੂੰ ਬਾਹਰ ਨੂੰ ਕੀ ਝਾਕਦੇ ਸੀਗੇ। ਲੋ ਵੀ ਹੁਣ ਆਪਾਂ ਮੁੱਲਾਪੁਰ ਪਹੁੰਚ ਚੁੱਕੇ ਆ, ਅੱਜ ਆਪਾਂ ਕਾਫੀ ਟਾਈਮ ਬਾਅਦ ਮੁੱਲਾਪੁਰ ਆਏ ਹਾਂ। ਹਾਂਜੀ, ਤੇ ਹੁਣ ਆਪਾਂ ਕੋਰੀਅਰ ਕਰੇ ਆਈਏ, ਫਿਰ ਮਿਲਦੇ ਆ। ਯਾਰ ਇਹ ਕੋਰੀਅਰ ਬਹੁਤ ਗਲਤ ਥਾਵੇਂ ਆ। ਕਿਉਂ? ਨਾਲ ਹੀ ਠੇਕਾ ਇੱਥੇ। ਮੈਨੂੰ ਨੀ ਠੇਕਾ ਦਿਸਿਆ, ਬਿੱਲੀਆਂ ਨੂੰ ਚੂਹਿਆਂ ਦੇ ਸੁਪਨੇ ਸਾਰਾ ਦਿਨ ਰਹਿੰਦੇ ਹੀ ਆ। ਸਹੀ ਕਹਿ ਰਿਹਾ, ਮੌਸਮ ਦੇਖ ਲੋ ਕਹਿ ਜਾ। ਹਾਂ, ਵੀ ਬੱਦਲ ਆ ਚੱਲੇ, ਥੋੜਾ ਥੋੜਾ ਹਵਾ ਵੀ ਚੱਲਦੀ ਆ, ਬਾਬਾ ਮੀਂਹ ਵੀ ਪਾ ਦੇਵੇ ਤਾਂ ਚਾਰ ਚਾਨੀ ਲੱਗ ਜਾਣ। ਕਿਉਂ ਜੀ? ਜੇ ਕਿਸੇ ਨੇ ਮੁੱਲਾਪੁਰੋਂ ਕੋਰੀਅਰ ਕਰਨਾ ਹੁੰਦਾ, ਇੱਥੋਂ ਕਰ ਲਿਆ ਕਰੋ, ਠੇਕੇ ਦੇ ਨਾਲ ਆ। ਰਾਜੂ ਫਿਸ਼ ਪੁਆਇੰਟ ਦੇ ਉਲਟੇ ਪਾਸੇ ਆ, ਤੇ ਨਾਂ ਹੈਗਾ ਸਵਾਸਤਿਕ ਕੋਰੀਅਰ ਸਰਵਿਸ। ਪਵਨ ਉਧਰ ਪਿਕ ਐਂਡ ਮੂਵ ਤੋਂ ਸੌਦੇ ਲੈਣ ਲੱਗੀ ਹੋਈ ਆ। ਮੈਂ ਸੋਚਿਆ ਅੱਜ ਲੰਚ 'ਚ ਪੀਜ਼ਾ ਖਾਂਦੇ ਹਾਂ, ਅੱਜ ਹੈਗਾ ਵੈਡਨਸਡੇ, ਵੈਡਨਸਡੇ ਨੂੰ ਹੰਗਰੀ ਪੁਆਇੰਟ 'ਤੇ ਰਸ਼ ਹੀ ਬਹੁਤ ਹੁੰਦਾ, ਕਿਉਂਕਿ ਇੱਕ ਪੀਜ਼ੇ ਨਾਲ ਇੱਕ ਪੀਜ਼ਾ ਫ੍ਰੀ ਮਿਲਦਾ। ਹੁਣ 15 ਕੁ ਮਿੰਟ ਲੱਗ ਜਾਣਗੇ। ਪਿੰਦਰ ਨੂੰ ਮੈਂ ਪੀਜ਼ਾ ਲੈਣ ਭੇਜ ਤਾ, ਆਪ ਮੈਂ ਪਿਕ ਮੂਵ 'ਤੇ ਸਮਾਨ ਲੈਣਾ ਜੀ, ਥੋੜ੍ਹਾ ਜਿਹਾ ਘਰ ਦਾ ਸਮਾਨ ਨਿਕਲਿਆ ਸੀ, ਇੱਕ ਹੈਂਡ ਵਾਸ਼ ਲੈਣਾ, ਸਾਬਣ ਲੈਣਾ, ਇਹ ਜੀ ਪੀ ਤੋਂ ਲੈਣਾ। ਰਣਸ਼ੇਰ ਵੀ ਸਾਡੇ ਆਉਂਦਿਆਂ ਨੂੰ ਉੱਠ ਖੜਿਆ, ਬਸ ਸਾਨੂੰ ਪੀਜ਼ਾ ਲੈਣ ਨੂੰ ਟਾਈਮ ਲੱਗ ਗਿਆ। ਡੈਡੀ ਕਹਿੰਦੇ 3 ਕੁ ਵਜੇ ਉੱਠੇ, ਹਾਲੇ 3:30 ਹੀ ਹੋਏ ਨੇ। ਕੀ ਖਾਣਾ? ਕੀ ਲੈਣਾ? ਚੀਜੀ ਕਹਿ ਕੇ ਦੱਸ, ਬੋਲ ਕੇ ਦੱਸ, ਕੀ ਖਾਣਾ? ਚੀਜੀ ਰਣਸ਼ੇਰ ਲਈ ਫਰਾਈਜ਼ ਲਿਆਉਂਦੀਆਂ ਨੇ, ਬਹੁਤ ਟਾਈਮ ਹੋ ਗਿਆ ਰਣਸ਼ੇਰ ਨੇ ਫਰਾਈਜ਼ ਖਾਧੀਆਂ ਨਹੀਂ, ਚੱਲ ਸੋਚਿਆ ਅੱਜ ਇਹਨੂੰ ਖਿਲਾ ਦਿੰਦੇ ਹਾਂ। ਚੱਲ ਉੱਧਰ ਹੋ ਕੇ ਬੈਠ ਪੁੱਤ, ਇੱਧਰ ਨੂੰ ਹੋ ਕੇ। ਹਾਂ ਮੰਮਾ ਪਲੇਟ 'ਚ ਪਾ ਕੇ ਦਿੰਦੀ ਆ, ਪਹਿਲਾਂ ਆਪਾਂ ਕੂਲਰ ਲਾ ਲਈਏ, ਗਰਮੀ ਬਹੁਤ ਆ। ਹਾਂ ਫਿਰ ਚੀਜੀ ਖਾਵਾਂਗੇ ਆਪਾਂ। ਓਕੇ, ਅੱਜ ਮੇਰਾ ਤੁਹਾਡੇ ਤੋਂ ਇੱਕ ਸਵਾਲ ਆ, ਜਵਾਬ ਜ਼ਰੂਰ ਦਿਓ, ਜੇ ਨਾ ਜਵਾਬ ਹੋਇਆ ਕਿਸੇ ਤੋਂ ਪੁੱਛਿਓ, ਅਤੇ ਮੈਨੂੰ ਵੀ ਦੱਸ ਦਿਓ। ਆਪਣੇ ਦੇਸ਼ 'ਚ ਆਪਾਂ ਕੋਈ ਵੀ ਜੋਬ ਲੈਣੀ ਹੋਵੇ, ਡਾਕਟਰ, ਇੰਜੀਨੀਅਰ, ਪਾਇਲਟ, ਪੁਲਿਸ 'ਚ ਵਧੀਆ ਪੋਸਟ ਜੋਬ, ਆਪਾਂ ਨੂੰ ਵਧੀਆ ਡਿਗਰੀਆਂ ਜਾਂ ਟੈਸਟ ਕਲੀਅਰ ਕਰਨੇ ਪੈਣਗੇ। ਬਟ ਜੇ ਤੁਸੀਂ MLA ਬਣਨਾ, ਮੁੱਖ ਮੰਤਰੀ ਬਣਨਾ, ਪ੍ਰਧਾਨ ਮੰਤਰੀ ਬਣਨਾ,
ਕੋਈ ਤੁਹਾਨੂੰ ਬਹੁਤੇ ਟੈਸਟ ਨਹੀਂ ਕਲੀਅਰ ਕਰਨੇ ਪੈਣੇ, ਕੋਈ ਤੁਹਾਨੂੰ ਬਹੁਤੀਆਂ ਡਿਗਰੀ ਨਹੀਂ ਚਾਹੀਦੀਆਂ। ਕਿਉਂ? ਇਹ ਗੱਲ ਦਾ ਜਵਾਬ ਜ਼ਰੂਰ ਦਿਓ ਵੀ ਇੱਦਾਂ ਕਿਆ ਹੁੰਦਾ ਵਾ। ਬਾਕੀ ਹੁਣ ਆਪਾਂ ਇਹ ਕਰਦੇ ਹਾਂ, ਆਹ ਵਲੋਗ ਕਰਦੇ ਹਾਂ ਇੱਥੇ ਐਂਡ। ਜੇ ਵਲੋਗ ਵਧੀਆ ਲੱਗਿਆ ਕਿਸੇ ਵੀ ਰੀਜ਼ਨ ਕਰਕੇ, ਵਲੋਗ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ। ਅੱਜ ਤਾਂ ਇਹੀ ਕਮੈਂਟ ਕਰਿਓ ਕਿ ਕਿਉਂ ਨਹੀਂ ਹੁੰਦੀਆਂ।